ਨਾਲ ਤੂੰ ਵੀ ਬਹਿ ਕੇ ਬਣਵਾ ਲੈ ਭਾਈ ਜੀ ਹੁੱਕਾ। ਤੁਸੀਂ ਪਾਇਆ ਦਾ ਹੈ? ਤੁਸੀਂ ਪਾਇਆ ਹੁੱਕਾ ਜੀ? ਆ ਜ਼ਬਰਦਸਤ ਮਿੱਠਾ ਵੀ ਪਾਉਂਦੇ ਹੋ ਵਿੱਚ? ਨਹੀਂ, ਇੱਦਾਂ ਸਾਰਾ ਕੁਝ ਪਾਈਦਾ। ਅੱਛਾ, ਅਤੇ ਉਹ ਸਾਡੇ ਵਾਲੇ ਪਾਉਂਦੇ ਨੇ ਨਾ ਸਾਡੇ ਬਜ਼ੁਰਗ, ਅਤੇ ਉਹ ਗੁੜ ਪਾਉਂਦੇ ਨੇ ਪਹਿਲੇ ਤੰਬਾਕੂ ਤੋਂ ਬਾਅਦ ਗੁੜ, ਅਤੇ ਫਿਰ ਉੱਤੇ। ਤੁਸੀਂ ਇੱਧਰ ਆਓ, ਬਹੁਤ ਸਹੀ ਤੁਹਾਡੀ ਵੀਡੀਓ ਬਣਾਈਏ। ਹੋਏ ਹੋਏ ਅਲੈਕੁਮ। ਦਿਨ ਕਾ ਆਗਾਜ਼ ਹੋ ਚੁੱਕਾ ਹੈ ਔਰ ਹਮ ਸਭ ਲੋਕ ਤਿਆਰ ਹੋ ਗਏ ਹੈਂ, ਨਹਾ ਲਿਆ ਹਮਨੇ, ਕੱਪੜੇ ਚੇਂਜ ਕਰ ਲਿਏ ਹੈਂ। ਔਰ ਯੇ ਵੋ ਕਮਰਾ ਥਾ ਜਹਾਂ ਪੇ ਹਮ ਰੁਕੇ ਹੋਏ ਥੇ, ਤੋ ਕਾਫੀ ਸਾਫ ਸੁਥਰਾ ਕਮਰਾ ਥਾ, ਨੀਂਦ ਬੜੀ ਅੱਛੀ ਆਈ, ਕਿਉਂਕਿ ਕੱਲ ਹਮਨੇ ਤਕਰੀਬਨ 4 ਸੇ 5 ਕਿਲੋਮੀਟਰ ਪੈਦਲ ਸਫ਼ਰ ਕੀਆ ਥਾ, ਇਸ ਲਈ ਨੀਂਦ ਬੜੀ ਹੀ ਜ਼ਬਰਦਸਤ ਆਈ ਹਮੇ। ਤੋ ਅਭੀ ਹਮ ਸਭ ਲੋਕ ਤਿਆਰ ਹੈਂ ਔਰ ਨਿਕਲਨੇ ਲਗੇ ਹੈਂ, ਨਿਕਲੇਂਗੇ ਕਿਸੀ ਹੋਰ ਤਰਫ ਜਾਏਂਗੇ ਔਰ ਇੱਕ ਅੱਛੀ ਸੀ ਵੀਡੀਓ ਬਣਾਏਂਗੇ ਔਰ ਆਪਸੇ ਸ਼ੇਅਰ ਕਰੇਂਗੇ। ਤੋ ਆਈਏ ਚਲਤੇ ਹੈਂ। एक गांव में हम खड़े हैं, ये मेला जो गांव जहां पे हम ठहरे थे उससे आगे एक गांव है, इसका नाम है चौधरी मेला। तो यहां पे कच्चे मिट्टी के बहुत ज़्यादा घर हैं, तो एक घर का हम विज़िट करने लगे हैं, तो आइए आपसे शेयर करते हैं। ये जो देख रहे हैं ये दरवाज़ा है जी, ये दीवार है और ये बिजली का बंदोबस्त है, यहाँ पर ये मीटर लगा हुआ है। और यहाँ पे बहुत ही प्यारी बिल्ली है जनाब रखी हुई, ये देखें ब्लैक कैट, और जिसके बारे में कहा जाता है जी अगर रास्ता काट दे तो आपका काम नहीं होता। बहुत ही क्यूट है। ये है जनाब किचन, कच्चा किचन देखें जी, आपको सैर करवाता हूँ मंदिर जाकर भी। ये देखें जी, ये चूल्हा है और ये देख सकते हैं, ये छत देखें आप, कोट खुदा बख्श दाखली मेला, कोट खुदा बख्श दाखली मेला। अपना तहसील केड़ी है? तहसील पहले भरवाल है, जिला सरगोधा, हूँ जनाब तहसील कोट मोमन। कोट मोमन जी, सही हो गया। ते इत्थे रकबा ते बड़ा है लोगों का, कितना रकबा टोटल तुहाडे हिसाब नाल? ये जनाब 780 मौजे मेले का रकबा से। 80 मरबे जी? 80 मरबा, 100 मरबे का के भी खुदा बख्श मेला मालक का, जिसे जरी सलाह से निकल के वापस चला गया, ਉਹ ਅੱਗੋਂ ਇਹਦੇ ਕੋਲ ਸਿਰਫ 18 ਮਰਬੇ ਜਨਾਬ ਰਹਿ ਗਏ। ਮਾਸ਼ਾਅੱਲਾ, ਤੇ ਤੁਸੀਂ ਇਹਦਾ ਮਤਲਬ ਮਾਮਲਾ ਇਕੱਠਾ ਕਰਦੇ? ਜੀ, ਮਾਮਲਾ ਇਹ ਪਦੈਸ ਲਿਖਣਾ ਜਨਾਬ ਆ ਬੱਚੇ। ਜਨਾਬ ਮਾਮਲਾ ਜੋ ਹੁੰਦਾ ਹੈ ਵੋ ਹੁੰਦਾ ਹੈ ਕਿ ਵੋ ਜੋ ਲੰਬੜਦਾਰ ਹੋਤੇ ਹੈ ਨਾ ਗਾਉਂ ਕੇ, ਵੋ ਜਮਾ ਕਰਤੇ ਹੈ, ਵੋ ਏਕ ਜੋ ਏਕੜ ਹੋਤਾ ਹੈ ਉਸਕਾ 100 ਰੁਪਿਆ ਹੋਤਾ ਹੈ ਇੱਕ ਸਾਲ ਕਾ। ਯੇ ਹਮ ਇਨਕੇ ਰਜਿਸਟਰ ਦੇਖ ਰਹੇ ਹੈ ਜਹਾਂ ਪੇ ਯੇ ਲਿਖਤੇ ਹੈ ਆਪਣਾ ਹਿਸਾਬ ਕਿਤਾਬ ਮਾਮਲੇ ਕਾ, ये देख सकते हैं आप। ये भी अभी निजाम जो है पाकिस्तान में चलता है, पहले ऐसे ही हुआ करता था। तो ये बता रहे हैं तकरीबन 1 लाख के करीब यहाँ पे मामला जो है वो इकट्ठा हो जाता है, यानी 6 माह का। तो फिर वो गवर्नमेंट का एक सिस्टम होता है, वो जमा करवाना पड़ता है। तो
ਕਿੰਨੇ ਬੱਚੇ ਨੇ ਤੁਹਾਡੇ? ਮੇਰੇ ਜੀ ਇੱਕ ਮਰ ਗਿਆ, ਪਿੱਛੇ ਪੰਜ ਹੈ। ਪੰਜ ਬੱਚੇ ਹੀ ਨੇ? ਹਾਂ। ਬੱਚੀ ਕੋਈ ਨਹੀਂ? ਬੱਚੀ ਤਾਂ ਦੋ ਵੀ ਸ਼ਾਦੀ ਸ਼ੁਦਾ ਹੋ ਗਿਆ। ਬੱਚਿਆਂ ਦੀ ਸ਼ਾਦੀ ਨਹੀਂ ਹੋਈ? ਸ਼ਾਦੀ ਸਾਰੇ ਬੱਚਿਆਂ ਦੀ। ਹਾਂ। ਦੋ ਆਰਤੇ ਤੁਹਾਡੇ ਨਾਲ ਹੀ ਰਹਿੰਦੇ ਨੇ? ਉਹ ਬਸ ਹੁਣ ਆਪਣੀ ਮੌਜੂਦਗੀ ਦਿਖਾਇਆ ਹੁਣ ਸਰ। ਇਹ ਜਿਹੜਾ ਵਫਾਤ ਪਾਈਦੀ, ਜਿਹੜੇ ਬੰਦਾ ਮਰ ਜਾਵੇ, ਇਹ ਜਿਹੜਾ ਰਜਿਸਟਰ ਬਣਿਆ ਹੋਇਆ, ਯੇ ਰਜਿਸਟਰ ਹੈ ਜੋ ਇਸ ਪੇ ਪੈਦਾਇਸ਼ ਲਿਖੀ ਜਾਤੀ ਹੈ। ਹਾਂ। ਤੋ ਯੇ ਰਜਿਸਟਰ ਬਤਾ ਰਹੇ ਹੈ ਕਿ ਇਸ ਪੇ ਜੋ ਲਿਖਾ ਜਾਤਾ ਹੈ ਵੋ ਜਿਹੜਾ ਮਰਦਾ ਮਰ ਜਾਵੇ, ਵਫਾਤ ਪਾ ਜਾਵੇ, ਉਹਦੀ ਜਾਇਦਾਦ ਤਾਂ ਲੱਭਣੀ ਇੱਥੋਂ ਮੰਦਰਜ ਕਰਕੇ ਯੂਨੀ ਕਾਉਂਸਲ ਵਿੱਚ ਜਮ੍ਹਾਂ ਹੋਣੀ, ਸੈਕਟਰੀ ਉਸ ਮੋਹਰਾ ਦੇ ਫਾਰਮ ਬਣਾ ਕੇ ਦੇਣਾ, ਜਿਹੜਾ ਤਾਂ ਉਹ ਬੰਦਾ ਮਾਲਕ ਪਿਛਲੀ ਜਾਇਦਾਦ ਪਿਛਲੇ ਵਾਸਲ ਤਾਂ ਉਹ ਦੇ ਸਕਦੀ ਹੈ। ਤੁਸੀਂ ਆਪਣਾ ਕੰਮ ਕਰੋ। ਪਤਾ ਨਹੀਂ ਕਿਆ ਹੋ ਰਹਾ ਹੈ ਇਹ ਸਭ। ਅਭੀ ਤਾਂ ਪੂਜਾ ਕੀ ਚਿਤਾ ਤੱਕ ਠੰਡੀ ਨਹੀਂ ਹੋਈ, ਅਭੀ ਉਧਰ ਵਿਜੇ ਨੇ ਯੇ ਹੈ ਜਨਾਬ ਇੱਕ ਨਹਿਰ, ਯਹਾਂ ਸੇ ਪਾਣੀ ਜੋ ਹੈ ਵੋ ਜਾਤਾ ਹੈ, ਯਹਾਂ ਕੇ ਜੋ ਗਊ ਹੈ ਉਨਕੇ ਅੰਦਰ, ਵਹਾਂ ਪੇ ਲੋਗ ਇਸਤੇਮਾਲ ਕਰਤੇ ਹੈ ਇਸਕੋ ਕੱਪੜੇ ਧੋਨੇ ਕੇ ਲੀਏ, ਨਹਾਨੇ ਕੇ ਲੀਏ, ਤੋ ਯੇ ਪਾਣੀ ਵੀ ਕਾਫੀ ਸਾਫ ਸੁਥਰਾ ਹੈ। ਯੇ ਜਨਾਬ ਬਹੁਤ ਹੀ ਖੂਬਸੂਰਤ ਇਲਾਕਾ ਹੈ, ਬਹੁਤ ਪੁਰਸਕੂਨ ਹੈ, ਯਹਾਂ ਪੇ ਕੋਈ ਸ਼ੋਰ ਸ਼ਰਾਬਾ ਨਹੀਂ ਹੈ, ਯਕੀਨ ਕਰ। ਅਭੀ ਸੁਬਹ ਕੇ ਹਮ ਨਿਕਲੇ ਹੋਏ ਹੈ ਤੋ ਅਭੀ ਤੱਕ ਹਮਨੇ ਨਾਸ਼ਤਾ ਨਹੀਂ ਕੀਆ। ਨਾਸ਼ਤਾ ਟਾਈਮ ਜਨਾਬ ਅਭੀ ਹੋ ਗਿਆ ਹੈ, ਡੇਢ ਕੇ ਕਰੀਬ ਟਾਈਮ ਹੋ ਗਿਆ, ਤੋ ਅਬ ਹਮਨੇ ਬੀਜੀ ਕੁਛ ਬਣਾਈ ਹੈ ਤੋ ਕਾਫੀ ਜ਼ਿਆਦਾ ਭੂਖ ਲੱਗ ਚੁੱਕੀ ਹੈ। ਜ਼ੈਨ ਸਾਹਿਬ ਕਹਿ ਰਹੇ ਹੈ ਕਿ ਮੁਝੇ ਅਭੀ ਕੁਛ ਖਾਣੇ ਕੋ ਨਾ ਮਿਲਾ ਤੋ ਮੈਂ ਗਿਰ ਵੀ ਸਕਦਾ, ਇਸ ਲਈ ਮੈਂ ਉਨਕੇ ਸਾਥ ਸਾਥ ਜਨਾਬ। ਯੇ ਜੋ ਗਾੜੀਆਂ ਆਪ ਦੇਖ ਰਹੇ ਹੈ ਯੇ ਭਰੀ ਹੈ ਪਾਰਟੀ ਕੇ ਸਾਥ, ਯੇ ਰਾਤ ਰਾਤ ਕੋ ਕਿਸ ਮੰਡੀ ਮੇ ਚਲੀ ਜਾਏਗੀ, ਵਹਾਂ ਸੇ ਫਿਰ ਯੇ ਦੁਕਾਨੋਂ ਪੇ ਚਲਾ ਜਾਏਗਾ ਯੇ ਮਾਲ ਕਾ। ਯੇ ਕਾਫੀ ਸਾਰੀ ਗਾੜੀਆਂ ਯਹਾਂ ਪੇ ਖੜੀ ਹੈ, ਯੇ ਮੇਰੇ ਪਿੱਛੇ ਆਪ ਦੇਖ ਰਹੇ ਹੈ, ਔਰ ਮੰਡੀਓਂ ਸੇ ਫਿਰ ਯੇ ਹੋਤਾ ਹੁਆ ਆਪ ਤੱਕ ਪਹੁੰਚ ਜਾਏਗਾ ਇਨਸ਼ਾਅੱਲਾ ਯੇ ਮਾਲ ਕਾ। ਯੇ ਹਮ ਯੇ ਵੀ ਕਹਿ ਸਕਦੇ ਹੈ ਹਮਨੇ ਯਹਾਂ ਸੇ ਲੋਡ ਕਰਵਾ ਦੀ ਹੈ, ਅਬ ਆਪ ਲੈ ਲੀਜੀਏਗਾ ਆਗੇ ਸੇ, ਸੋ ਅਬ ਆਪਕੀ ਕਿਸਮਤ।